ਸਬਸਕ੍ਰਾਈਬ ਟੂ ਆਰ ਯੂਟਿਊਬ ਚੈਨਲ, ਪ੍ਰੈਸ ਦਾ ਬੈਲ ਆਈਕਨ ਟੂ ਗੈਟ ਦਾ ਲੇਟੈਸਟ ਅਪ। ਭਾਵੇਂ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰ ਆਪੋ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ, ਪਰ ਇਸ ਸਭ ਦੇ ਉਲਟ ਹੰਸਰਾਜ ਹੰਸ ਅਤੇ ਨਾਲ ਲੱਗਦਾ ਹੈ ਕਿ ਹਰ ਵਾਰ ਮਾੜੀ ਹੁੰਦੀ ਪਈ ਹੈ। ਇੱਕ ਵਾਰ ਫਿਰ ਤੋਂ ਤਸਵੀਰਾਂ ਹੁਣ ਧਰਮਕੋਟ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਹੰਸਰਾਜ ਹੰਸ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿੱਥੇ ਸੈਂਕੜੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਪਰ ਦੂਸਰੇ ਪਾਸੇ ਤੁਸੀਂ ਆਪ ਵੀ ਸੁਣ ਲਵੋ ਕਿ ਕਿਸਾਨ ਆਗੂ ਕੀ ਕਹਿੰਦੇ ਪਏ ਨੇ। ਕਿਸਾਨ ਸਾਥੀਓ, ਆਪਾਂ ਜਿਸ ਮਕਸਦ ਵਾਸਤੇ ਇੱਥੇ ਇਕੱਠੇ ਹੋਏ ਆ ਉਹਦੇ ਬਾਰੇ ਚ ਮੈਨੂੰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਰੋਜ਼ ਰੋਜ਼ ਤੁਹਾਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡਿਊਟੀ ਤੇ ਤਾਇਨਾਤ ਕੀਤਾ ਜਾਂਦਾ ਸਿਰਫ ਇੱਕ ਬੰਦੇ ਨੂੰ ਬਚਾਉਣ ਵਾਸਤੇ, ਕਿ ਅਸੀਂ ਕੋਈ ਅੱਤਵਾਦੀ ਨਹੀਂ, ਵੱਖਵਾਦੀ ਨਹੀਂ, ਅਸੀਂ ਕੋਈ ਨਕਸਲਵਾਦੀ ਨਹੀਂ, ਅਸੀਂ ਕਿਸਾਨ ਆ ਔਰ ਉਹਦਾ ਵਿਰੋਧ ਜਿਤਾਉਣ ਵਾਸਤੇ ਖੜੇ ਹੋਏ ਆ। ਅਸੀਂ ਫਿਰ ਵੀ ਹੰਸਰਾਜ ਨੂੰ ਇੱਕ ਗੱਲ ਕਹਿਣੀ ਚਾਹੁੰਦੇ। ਹੰਸਰਾਜ ਕਹਿੰਦਾ ਕਿ ਮੇਰੇ ਨਾਲ ਗੱਲ ਨਹੀਂ ਕਰਦੇ। ਪ੍ਰਸ਼ਾਸਨ ਦੇ ਰਾਹੀਂ ਮੈਂ ਤੁਹਾਨੂੰ ਅਤੇ ਵੀਡੀਓ ਦੇ ਰਾਹੀਂ ਸਾਰੇ ਮੀਡੀਆ ਨੂੰ ਦੱਸਣਾ ਚਾਹੁੰਦਾ ਕਿ ਹੰਸਰਾਜ ਜੀ ਟਾਈਮ ਦਿਓ, ਥਾਂ ਵੀ ਤੁਹਾਡਾ, ਸਮਾਂ ਵੀ ਤੁਹਾਡਾ। ਮੈਂ ਕੱਲਾ ਹੀ ਆਊਂਗਾ ਇਹਨਾਂ ਦੋ ਸਾਥੀਆਂ ਨੂੰ ਨਾਲ ਲੈ ਕੇ ਜਥੇਬੰਦੀਆਂ ਵੱਲੋਂ। ਤੁਸੀਂ ਸਾਡੀਆਂ ਗੱਲਾਂ ਦਾ ਜਵਾਬ ਦੇ ਦਿਓ, ਅਸੀਂ ਇਮਾਨਦਾਰੀ ਨਾਲ ਤੁਹਾਨੂੰ ਆਪਣੀਆਂ ਪਾਰਟੀ ਪੱਧਰ ਤੋਂ ਉੱਚਾ ਉੱਠ ਕੇ ਵੋਟਾਂ ਪਾਵਾਂਗੇ। ਥਾਂ ਦਿਓ ਸਾਨੂੰ, ਟਾਈਮ ਦਿਓ ਸਾਨੂੰ ਸਾਡੀਆਂ ਗੱਲਾਂ ਦਾ, ਸਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ। ਸਮਾਂ ਵੀ ਤੁਹਾਡਾ, ਸਥਾਨ ਵੀ ਤੁਹਾਡਾ। ਬਿਲਕੁਲ ਬਿਲਕੁਲ, ਜਿੱਦਾਂ ਸਾਡੇ ਸਰਦਾਰ ਸੂਰਤ ਸਿੰਘ ਜੀ ਹਰਾਂ ਨੇ ਕਿਹਾ, ਕਾਮਰੇਡ ਸਾਹਿਬ ਨੇ, ਕਿਉਂਕਿ ਅੱਗੇ ਵੀ ਇਹਨਾਂ ਨੂੰ ਅਸੀਂ ਬੇਨਤੀਆਂ ਕੀਤੀਆਂ ਨੇ ਕਈ ਵਾਰ ਕਿ ਰੋਜ਼ ਰੋਜ਼ ਦੇ ਰੌਲੇ ਨਾਲੋਂ ਇੱਕ ਵਾਰੀ ਟੇਬਲ ਤੇ ਬੈਠ ਕੇ ਗੱਲ ਕਰ ਲਓ ਸਾਡੇ ਨਾਲ। ਜੇ ਤੁਸੀਂ ਸੱਚੇ ਹੋਏ ਤਾਂ ਅਸੀਂ ਤੁਹਾਡੇ ਹੱਕ 'ਚ ਖੜਾਂਗੇ, ਜੇ ਕਿਸਾਨ ਸੱਚੇ ਹੋਏ ਤਾਂ ਤੁਹਾਨੂੰ ਬੀਜੇਪੀ ਪਾਰਟੀ ਛੱਡ ਕੇ ਕਿਸਾਨਾਂ ਦੇ ਹੱਕ ਵਿੱਚ ਖੜਨਾ ਪਵੇਗਾ। ਅੱਜ ਵੀ ਜਿਵੇਂ ਕਾਮਰੇਡ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਨੂੰ ਚੈਲੰਜ ਕਰਦੇ ਹਾਂ, ਕਿਤੇ ਟੇਬਲ ਤੇ ਬੈਠ ਕੇ ਸਾਡੇ ਨਾਲ ਗੱਲ ਕਰੋ, ਤਾਂ ਫਿਰ ਉਸ ਤੋਂ ਬਾਅਦ ਅਗਲਾ ਨਿਤਾਰਾ ਜਿਹੜਾ ਮੈਦਾਨ ਦੇ ਵਿੱਚ ਫੇਰ ਕਰਾਂਗੇ।